ਜਿਹੜਾ ਮੌਲਾ ਜਿਹੜਾ ਤਾਂ ਝਗੜਾ ਪਿਆ ਇਹੀ ਪਿਆ। ਉਹ ਬਿਲਾਲ ਨੇ ਔਰ ਜਿਹੜਾ ਪ੍ਰੋਡਿਊਸਰ ਨੇ ਕਿਹਾ ਜੀ ਗੱਲ ਅਸੀਂ 30% ਉੱਤੇ ਨਹੀਂ ਦੇਣਾ। ਉਹ ਜਿਹੜੇ ਮੰਨ ਗਏ ਉਹ ਲੱਗ ਗਈ, ਜੇ ਬਾਕੀ ਜਿਹੜੇ ਅਸਲ ਸਨ ਜਿਹੜੇ ਮੇਨ ਸਿਨੇਮੇ ਸਨ ਉਹ ਨਹੀਂ ਲੱਗੇ ਸਾਡੀ। ਯਾਨੀ 130 ਫਿਲਮਾਂ ਦੇ 130 ਸਿਨੇਮਿਆਂ ਦੇ ਵਿੱਚੋਂ ਮੇਰੇ ਖਿਆਲ ਹੈ 40 ਸਕਰੀਨਾਂ ਦੇ ਉੱਤੇ ਫਿਲਮ ਲੱਗੀ, 90 ਸਕਰੀਨਾਂ ਦੇ ਉੱਤੇ ਫਿਲਮ ਹੀ ਨਹੀਂ ਲੱਗੀ। ਅਗਰ 90 ਸਕਰੀਨਾਂ 'ਤੇ ਵੀ ਲੱਗੀ ਹੁੰਦੀ ਸਰ ਤਾਂ ਤਾਂ ਪਹਿਲਾ ਵੀ 30 ਕਰੋੜ ਰੁਪਏ ਦਾ ਹੁੰਦਾ। ਇਸ ਵੇਲੇ ਜਿਹੜਾ ਸਿਨੇਮਾ ਇਹਨੇ ਸਰ ਪ੍ਰੋਡਿਊਸਰ ਨੂੰ ਮਾਰ ਦਿੱਤਾ। ਤਾਰੀਖ ਇਹ ਵੇਖ ਕੇ ਸਾਡਾ ਜਿਹੜਾ ਦੌਰ ਸੀ ਉਸ ਵੇਲੇ ਵਿੱਚ ਫਿਲਮ ਸ਼ੁਰੂ ਹੁੰਦੀ ਸੀ ਅਤੇ ਫਿਲਮ ਅਗਰ ਫਲਾਪ ਵੀ ਹੁੰਦੀ ਸੀ ਦੂਸਰੇ ਦਿਨ ਪ੍ਰੋਡਿਊਸਰ ਨਵੀਂ ਫਿਲਮ ਦੀ ਓਪਨਿੰਗ ਕਰਦਾ ਸੀ। ਇਹਨਾਂ ਜਿਹੜੀ ਆਕਸੀਜਨ ਚੇਨ ਨੇ ਸਾਡੇ ਨਾਲ ਨਹੀਂ ਕੋਪਰੇਟ ਕੀਤਾ। ਇਹਨਾਂ ਦੇ ਬਾਰੇ ਮੇਰੇ ਕੋਲ ਰਿਪੋਰਟ ਆਈ ਕਿ ਇਹ ਜਿਹੜੇ ਸੈਨਮੈਂਟ ਇਹ ਬੇਸਿਕਲੀ ਇਹਨਾਂ ਦੇ ਇਨਵੈਸਟਰ ਜਿਹੜਾ ਹੈ ਸ਼ੇਅਰ ਹੋਲਡਰ ਜਿਹੜਾ ਉਹ ਇੰਡੀਅਨ ਹੈ, ਇਹ ਅੱਗੇ ਪਪਟਸ ਨੇ, ਲਿਹਾਜ਼ਾ ਉਹ ਉਹਨਾਂ ਦੀ ਪਾਲਿਸੀ ਦੇ ਮੁਤਾਬਕ ਚੱਲਦੇ ਨੇ। ਔਰ ਉਹਨਾਂ ਦੀ ਪਾਲਿਸੀ ਇਹ ਕਿ ਪਾਕਿਸਤਾਨ ਫਿਲਮ ਇੰਡਸਟਰੀ ਦੀ ਜਿਹੜੀ ਜ਼ਾਤੀ ਪ੍ਰੋਡਕਸ਼ਨ ਉਹ ਖਤਮ ਹੋ ਜਾਏ ਔਰ ਇਹ ਸਾਨੂੰ ਮੰਡੀ ਮਿਲ ਜਾਏ।